ਤੇ ਆਪਾਂ ਨੇ ਕਮਰੇ ਦੀ ਸਫਾਈ ਕਰਤੀ ਤੇ ਹੁਣ ਚਾਲੇ ਪਾਉਣ ਲੱਗੇ ਆਂਗੇ ਸਿੰਘ ਸਾਹਿਬ ਗਏ ਜਾ ਕੇ ਖਾਣਾ ਪੈਕ ਕਰਾਉਂਦੇ ਆਗੇ ਇਸ ਟਾਈਮ ਜੀ ਲਗਭਗ 1:30 ਵਜਣੇ ਵਾਲਾ ਵਾ ਸਾਡੀ ਟ੍ਰੇਨ ਦੀ ਟਾਈਮਿੰਗ ਹੈਗੀ ਹੈ 3 ਵਜੇ ਦੀ ਤੇ ਇੱਥੋਂ ਜਿਹੜੀ ਬੱਸ ਚੱਲਦੀ ਆ ਗੁਰੂ ਘਰ ਤੋਂ ਸੰਗਤਾਂ ਨੂੰ ਲੈ ਕੇ ਉਹ ਲਗਭਗ 2 ਵਜੇ ਦੀ ਟਾਈਮਿੰਗ ਆ ਉਹਦੀ ਤੇ ਦੇਖ ਲਓ ਵੀ ਲੰਗਰ ਪੈਕ ਕਰਕੇ ਦਿੰਦੇ ਨੇ ਮਸ਼ੀਨ ਰੱਖੀ ਹੋਈ ਸੀ ਜਿਹਦੇ ਨਾਲ ਸੀਲ ਬੰਦ ਕਰਕੇ ਲੰਗਰ ਪੈਕ ਕਰਕੇ ਦਿੱਤਾ ਤੇ ਅਸੀਂ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀਗੀ ਤੇ ਵੀ ਏਅਰਪੋਰਟ ਤੇ ਬੱਸਿਸ ਆਉਂਦੀਆਂ ਨਹੀਂ ਹੈਗੀਆਂ ਜਾਂ ਸਾਡੀ ਵਾਰ ਨੂੰ ਆਈ ਸਾਨੂੰ ਪਤਾ ਨਹੀਂ ਸੀਗੀਆਂ ਉਹ ਤਾਂ ਜਾਂਦੀਆਂ ਵੀ ਬੱਸ ਵੀ ਖੜੀ ਜਿਹਦੇ ਉੱਤੇ ਲਿਖਿਆ ਹੋਇਆ ਵੀ ਏਅਰਪੋਰਟ ਸਰਵਿਸ ਜਿਸ ਦਿਨ ਅਸੀਂ ਗਏ ਹਾਂ ਉਸ ਦਿਨ ਨਹੀਂ ਗਈ ਹੈਗੀ ਬੱਸ ਇੱਕ ਹੋਰ ਕਾਰਨ ਵੀ ਹੋ ਸਕਦਾ ਕਿਉਂਕਿ ਉਦੋਂ ਛੱਠ ਪੂਜਾ ਸੀਗੀ ਛੱਠ ਪੂਜਾ ਕਰਕੇ ਫਿਰ ਸਾਰੀਆਂ ਗਲੀਆਂ ਦੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਹੋ ਜਾਂਦਾ ਵਾ ਡੀਜੇ ਲੱਗੇ ਹੁੰਦੇ ਨੇ ਤੇ ਇੱਥੇ ਦੇ ਲੋਕਲ ਇਹਨਾਂ ਦਾ ਤਿਉਹਾਰ ਹੁੰਦਾ ਥੋੜ੍ਹੇ ਜਿਹੇ ਹਾਈਪਰ ਵੀ ਹੋਏ ਹੁੰਦੇ ਨੇ ਸੋ ਉਸ ਕਰਕੇ ਉਹ ਚੀਜ਼ ਨੂੰ ਅਵੋਇਡ ਕਰਦੇ ਨੇ ਤੇ ਸੰਗਤ ਥੋੜ੍ਹੀ ਜਿਹੀ ਬਾਹਰ ਵੀ ਬੈਠੀ ਟੈਚੀ ਟੁੱਚੀ ਆਪਾਂ ਬਾਹਰ ਕੱਢ ਕੇ ਰੱਖ ਲਏ ਘਰ ਦੇ ਉੱਠਣ ਥੋੜ੍ਹੇ ਲੇਟ ਹੋ ਗਏ ਸੀ ਅਸੀਂ ਤਾਂ ਆਪਣਾ ਪੂਰਾ ਟਾਈਮ 'ਤੇ ਉੱਠੇ ਸੀਗੇ ਹੁਣ ਅਸੀਂ ਆਰਾਮ ਨਾਲ 45 ਮਿੰਟ ਸੀਗੇ ਸਾਡੇ ਕੋਲ ਅਸੀਂ ਆਰਾਮ ਨਾਲ ਬੈਠੇ ਹਾਂ ਜਦੋਂ ਵੀ ਉਹ ਕਹਿਣਗੇ ਵੀ ਬੱਸ ਆ ਗਈ ਆਪਾਂ ਬੈਠ ਕੇ ਸਮਾਨ ਰੱਖ ਕੇ ਵਿੱਚ ਰੇਲਵੇ ਸਟੇਸ਼ਨ 'ਤੇ ਚਲੀ ਜਾਣਾ ਅਤੇ ਅਸੀਂ ਟ੍ਰੇਨ ਦੇਖੀ ਸੀ ਟ੍ਰੇਨ ਪੂਰੇ ਪੂਰੇ ਟਾਈਮ 'ਤੇ ਚੱਲ ਰਹੀ ਆ ਅਤੇ ਜਿਸ ਦਿਨ ਅਸੀਂ ਆਏ ਸੀ ਉਸ ਦਿਨ ਕਾਫੀ ਘੱਟ ਸੰਗਤ ਸੀਗੀ ਅਤੇ ਜਿੰਨੀ ਦੇਰ ਅਸੀਂ ਰਹੇ ਹਾਂ ਸੰਗਤ ਰੋਜ਼ ਆਉਂਦੀ ਜਾ ਰਹੀ ਹੈ ਅਤੇ ਜਿਹੜੀ ਸਹੁਰਿਆਂ ਨੂੰ ਸੰਗਤ ਆਈ ਸੀ ਮੁਕਤਸਰ ਸਾਹਿਬ ਤੋਂ ਬੱਸਾਂ ਦੇ ਵਿੱਚ ਉਹ ਕੱਲ੍ਹ ਰਵਾਨਾ ਹੋ ਗਏ ਅਤੇ ਕੱਲ੍ਹ ਸਵੇਰੇ ਟ੍ਰੇਨ ਦੇ ਵਿੱਚ ਬਹੁਤ ਜ਼ਿਆਦਾ ਸੰਗਤ ਆਈ ਆ ਅੱਗੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਆਉਣਾ ਵਾ ਉਹਦੇ ਕਰਕੇ ਸੰਗਤ ਕਾਫੀ ਜ਼ਿਆਦਾ ਆਊਗੀ ਹੁਣ ਕਿ ਇੱਥੇ ਕਾਫੀ ਰੌਣਕਾਂ ਲੱਗਣ ਲੱਗ ਗਈਆਂ ਅਤੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰਪੁਰਬ ਹੁੰਦਾ ਉਹ ਪੂਰੇ ਇੱਥੇ ਸ਼ਹਿਰ ਦੇ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਸਰਕਾਰ ਵੀ ਉਹਦੇ ਵਿੱਚ ਬਹੁਤ ਸਪੋਰਟ ਕਰਦੀ ਆ ਸੋ ਦੱਸਦੇ ਸੀ ਉਹਦੇ ਵੀ ਜਿਹੜੇ ਲੋਕਲ ਇੱਥੇ ਸੇਵਾਦਾਰ ਨੇ ਵੀ ਕਿਸ ਤਰੀਕੇ ਨਾਲ ਉਹਦੇ ਸਾਰਾ ਸਿਸਟਮ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕੀਤਾ ਹੁੰਦਾ ਬਹੁਤ ਸਰਕਾਰ ਨੇ ਅਤੇ ਆਪਾਂ ਜੀ ਸਟੇਸ਼ਨ 'ਤੇ ਪਹੁੰਚ ਗਏ ਅਤੇ ਹਾਲੇ ਸਾਡੀ ਟ੍ਰੇਨ ਦੇ ਆਉਣ ਦੇ ਵਿੱਚ ਘੰਟਾ ਪਿਆ ਹੈਗਾ ਜਾਂ ਮੱਛਰ ਖਾਊਗਾ ਜਾਂ ਮੱਛਰ ਨੂੰ ਖਾ ਲਓ ਇੱਕ ਬਿਲਕੁਲ ਨਾਲ ਹੀ ਆ ਗੁਰਦੁਆਰਾ ਸਾਹਿਬ ਦੇ ਰੇਲਵੇ ਸਟੇਸ਼ਨ 1 ਕਿਲੋਮੀਟਰ ਹੀ ਆ ਤੁਰ ਕੇ ਵੀ ਆ ਸਕਦੇ ਹਾਂਗੇ ਘੰਟੇ ਤੱਕ ਟ੍ਰੇਨ ਹੋਣੀ ਆ ਕੋਈ ਨਾ ਲਓ ਨਜ਼ਾਰੇ ਜਦੋਂ ਨੂੰ ਟ੍ਰੇਨ ਦਾ ਟਾਈਮ ਹੋਇਆ ਟ੍ਰੇਨ ਲੇਟ ਹੋ ਗਈ ਤੇ ਸਾਰਿਆਂ ਦਾ ਮੱਛਰ ਨਾਲ ਬੁਰਾ ਹਾਲ ਹੋਇਆ ਪਿਆ ਹੈਗਾ ਸਾਰੇ ਮੱਛਰ ਭਜਾਉਣ 'ਚ ਲੱਗੇ ਹੋਏ ਨੇ ਵੀਰ ਜੀ ਵੀ ਮੱਛਰ ਬਹੁਤ ਹੋ ਗਏ ਬਹੁਤ ਜ਼ਿਆਦਾ ਜੀ ਸਾਡੇ ਪਿੰਡ ਇੱਕ ਬੰਦਾ ਜੀ ਉਹਦੇ ਡੂਮਣਾ ਮੱਖੀ ਲੜ ਜਣਾ ਜੀ ਤੇ ਡੂਮਣਾ ਮੱਖੀ ਮਰ ਜਾਂਦੀ ਐਡਾ ਜ਼ਹਿਰੀਲਾ ਹੈ ਮੱਛਰ ਉਹਨੂੰ ਕੁਛ ਨਹੀਂ ਕਹਿੰਦਾ ਮੱਛਰ ਤਾਂ ਆਮ ਹੀ ਬੈਠਾ ਤੁਹਾਨੂੰ ਪਤਾ ਨਹੀਂ ਲੱਗਦਾ ਜੀ ਅੱਛਾ ਆਪਣੀ ਬੱਸ ਕਰਾਈ ਪਈ ਹੋਰ ਜੀ ਸਹੀ ਗੱਲ ਹੈ ਜੀ ਉਹਦੇ ਡੂਮਣਾ ਮੱਖੀ ਲੜ ਕੇ ਉਹ ਮਰ ਜਾਂਦੀ ਹੈ ਇੰਨੇ ਜਾਣਿਆਂ ਤੋਂ ਰਲ ਕੇ ਮੱਛਰ ਨਹੀਂ ਲੋਟ ਆ ਰਿਹਾ ਹਾਂ ਬਹੁਤ ਮੋਟਾ ਮੱਛਰ ਇਹਦਾ ਪੁੱਤਰਾ ਗਵਰਨਮੈਂਟਾਂ ਤੋਂ ਲੋਟ ਨਹੀਂ ਆਇਆ ਇੰਨੀਆਂ ਸਪਰੇਹਾਂ ਕਰਦੇ ਨੇ ਦਵਾਈਆਂ ਪਾਉਂਦੇ ਨੇ ਸਪਰੇਹਾਂ ਦੀ ਜਾਂਚ ਹੋਣੀ ਚਾਹੀਦੀ ਹੈ ਅਸੀਂ ਸਵੇਰ 3 ਵਜੇ ਚੜੇ ਸੀਗੇ ਤੇ ਸਾਰੇ ਜਾਣੇ ਸਾਡੇ ਆਉਂਦਿਆਂ ਨੂੰ ਸੁੱਤੇ ਪਏ ਸੀ ਅਸੀਂ ਵੀ ਆ ਕੇ ਸੌਂਗੇ ਹੁਣ ਉੱਠਣ ਦੇ ਲੱਗੇ ਨੇ ਘਰ ਦੇ ਸਾਰੇ ਹੌਲੀ ਹੌਲੀ ਡੈਡੀ ਉੱਧਰ ਸਾਰੇ ਪਾਸੇ ਰਿਸ਼ਤੇਦਾਰੀਆਂ ਕੱਢ ਰਹੇ ਨੇ ਬੰਗਾਲ ਵਾਲੇ ਨੇ ਉੱਥੇ ਉਹ ਗੁਰਦੁਆਰਾ ਸਾਹਿਬ ਚੱਲਦੇ ਨੇ ਨੀਂਦ ਵਧੀਆ ਜੀ ਆਈ ਨੀਂਦ ਮੈਨੂੰ ਤਾਂ ਮਾੜੀ ਮੋਟੀ ਡੈਡੀ ਹੈ ਚਾਹ ਪੀ ਕੇ ਫਾਰਮ 'ਚ ਆ ਗਏ ਡੈਡੀ ਘਰ ਦੇ ਪ੍ਰਸ਼ਾਦਾ ਛਕਣ ਲੱਗੇ ਆ ਨਾਲ ਲੈ ਕੇ ਆਏ ਸੀਗੇ ਗੁਰੂ ਘਰ ਤੋਂ ਪਾਣੀ ਜਮੈਟੋ ਤੋਂ ਆਰਡਰ ਕੀਤਾ ਸੀਗਾ ਪੀਜ਼ਾ ਤੇ ਆਪਣਾ ਆਰਡਰ ਆ ਗਿਆ ਹੈਗਾ ਆਪਾਂ ਸੋਚਿਆ ਵੀ ਜਿਹੜਾ ਆਪਸ਼ਨ ਆਇਆ ਸੀ ਲਾਸਟ ਟਾਈਮ ਪੀਜ਼ਾ ਆਰਡਰ ਕਰਨ ਦਾ ਫੂਡ ਆਰਡਰ ਕਰਨ ਦਾ ਆਪਾਂ ਉਹ ਟਰਾਈ ਕੀਤਾ ਸੋ ਡੋਮੀਨੋਜ਼ ਦਾ ਪੀਜ਼ਾ ਆਰਡਰ ਕਰ ਲਿਆ ਸੀਗਾ 3 ਪੀਜ਼ੇ ਮੈਂ ਕਿ ਨਹੀਂ ਆਰਡਰ ਕੀਤੇ ਨੇ ਜਾ ਕੇ ਦੇਖਾਂਗੇ ਵੀ ਕਿਹੜੇ ਕਿਹੜੇ ਮਿਲਦੇ ਆ ਵਿੱਚੋਂ ਸੋ ਆਪਾਂ ਹੁਣ ਚੱਲਦੇ ਹਾਂ ਤੇ ਘਰਦਿਆਂ ਨੂੰ ਦਿੰਦੇ ਆ ਤੇ ਆਪ ਖਾਂਦੇ ਆ ਤੇ 3 ਪੀਜ਼ੇ ਮੰਗਾਏ ਨੇਗੇ ਤੇ ਪਹਿਲਾਂ ਡੈਡੀ ਹੋਣਾ ਨੂੰ ਦੇ ਆਉਣੇ ਆਗੇ ਵੰਡ ਕੇ ਖਾ ਲੂਗੇ ਇਹ ਪਾਸਤਾ ਪੀਜ਼ਾ ਸੀਗਾ ਇਹ ਪਤਾ ਨਹੀਂ ਕਿਹਾ ਜਾਊਗਾ ਪਹਿਲੀ ਵਾਰ ਕੀਤਾ ਸਾਰੀ ਪਹਿਲੀ ਵਾਰ ਕਰੇ ਨੇ ਸਾਰੇ ਰਿਸਕ ਤੇ ਹੀ ਆ ਘਰ ਦੇ ਪੈ ਗਏ ਆਗੇ ਮੰਮੀ ਵੀ ਪੈ ਗਏ ਤੇ ਸਿੰਘ ਸਾਹਿਬ ਦੀ ਵੀ ਪੈਣ ਦੀ ਤਿਆਰੀ ਹੋਆ ਲਗਭਗ ਤੇ ਉਹ ਇੱਕ ਚੁਟਕਲਾ ਜਿਹਾ ਸੁਣਦੇ ਸੀਗੇ ਕਹਿੰਦੇ ਵੀ ਟ੍ਰੇਨ ਵਾਲਿਆਂ ਨੂੰ ਚਿੱਟਾ ਕੱਪੜਾ ਨਹੀਂ ਦੇਣਾ ਚਾਹੀਦਾ ਤੇ ਟ੍ਰੇਨ ਵਾਲਿਆਂ ਦਾ ਸ਼ਾਇਦ ਅਸਰ ਹੋ ਗਿਆ ਨਾਲ ਕੰਬਲ ਦੇਣ ਲੱਗ ਗਏ ਨੇ ਨੀਲੇ ਰੰਗ ਦੇ ਹੁਣ ਤਾਂ ਕਰਕੇ ਰੰਗ ਬਰੰਗੇ ਹੋ ਜਾਂਦੇ ਨੇ ਸਾਰੇ ਨਹੀਂ ਤਾਂ ਚਿੱਟੇ ਚਿੱਟੇ ਪਏ ਹੁੰਦੇ ਸੀਗੇ ਸਾਰੇ ਚਾਦਰਾਂ ਲੈ ਕੇ ਆਪਾਂ ਜੀ ਦਰਾਹੇ ਕੋਲ ਪਹੁੰਚਣੇ ਵਾਲੇ ਆ 20-25 ਮਿੰਟ 'ਚ ਜੇ ਨਾ ਰੁਕੀ ਟ੍ਰੇਨ ਨੇ ਪਹੁੰਚ ਜਾਣਾ ਲੁਧਿਆਣੇ ਰਾਜਪੁਰੇ ਤੋਂ ਲੈ ਕੇ ਲੁਧਿਆਣੇ ਦੇ ਵਿੱਚ ਕੋਈ ਸਟੋਪ ਨਹੀਂ ਸੀ ਮੈਂ ਲਾਸਟ ਟਾਈਮ ਅਸੀਂ ਖੰਨੇ ਉੱਤਰ ਗਏ ਸੀ ਸਭ ਤੋਂ ਆਉਂਦੇ ਹੁਣ ਸਾਨੂੰ ਲੁਧਿਆਣੇ ਰੁਕਣਾ ਪੈਣਾ ਰਾਸਤੇ 'ਚ ਕਿਤੇ ਰੁਕ ਜਾਂਦੀ ਆ ਪਰ ਹੁਣ ਬਹੁਤ ਜ਼ਿਆਦਾ ਸਪੀਡ 'ਤੇ ਚੱਲ ਰਹੀ ਆ ਅਤੇ ਰਾਤ ਬਹੁਤ ਸਫ਼ਰ ਨਿਕਲ ਗਿਆ ਦਿਨੇ ਤਾਂ ਸਫ਼ਰ ਥੋੜ੍ਹਾ ਹੌਲੀ ਨਿਕਲਦਾ ਰਾਤ ਵਧੀਆ ਸਫ਼ਰ ਨਿਕਲ ਗਿਆ ਆਪਾਂ ਜੀ ਪਹੁੰਚ ਗਏ ਲੁਧਿਆਣੇ ਸਟੇਸ਼ਨ ਤੇ ਟਾਈਮ ਤੋਂ ਘੱਟੋ ਘੱਟ ਆਈ ਹੈਗੀ ਇਹ ਪੌਣਾ ਕੁ ਘੰਟਾ ਲੇਟ ਹੋ ਗਈ
प्लेट इंजन दे नाल डब्बा सीगा जिस इंजीनियर ने काम करिया गलत करिया जरनल डब्बे लाए नहीं बेचारे जरनल सवारी मगर भज रही सीगी रूल आ एक जरनल मूहरे दो बेचारे एक पिछे बेचारा गर्मी च बैठा ठंड च बैठा पैरी पौना के पहना मेरे पैर नहीं पिया घंटा पहला चानना हो जाता घंटा पहला सूरज डुब जाता वा ये वीडियो दे विच तुहानू हुण अगे असी थोड़ी रेस्ट रुस्ट करके फिर तुहानू दसांगे भी की किन्ना खर्चा सी जो भी सानू सीखण नू मिलिया सी तुहाडे नाल शेयर करांगे। सारे जाण लगे सी वापस ब्रेकफास्ट करके 11 क बजे आणे ते मम्मी कहंदे वी पिछों सब्जी भाजी लै जाओ पालक पूलक मूलियां दो क फुल हो गए गोभी दे बाकी मूलियां हो गईयां ते डैडी गए होए सीगे दराहे डैडी भज के मुड़ के आए ने कहंदे मैं मिलना हैगा जी। काफ़ी ज़्यादा कमेंट आए थे भी सानू तुसी खर्चा दसो कि होया कि साधन पर जाना चाहिए सानू बेस्ट वे दसो जो असी सीखिया एक अपनी जर्नी दे विच। सो असी गए सीगे प्लेन दे विच मोहाली एयरपोर्ट तो असी गए सीगे मैं अपना पर्सनल दसदा जो सानू खर्चा पिया वा इतों असी टैक्सी करके गए सी मोहाली एयरपोर्ट तक वह सब तो उन्हें 2700 रुपया लिता ते उस तो बाद जी टिकट सीगी लगभग $5000 मैं डालर कह देना बार बार 5000 रुपए की 5000 की मैं ही चलूँगा हूँ तो वह टिकट आ जी लगभग तुम ए सोच लो भी वेरी बहुत करती है तुम्हें किन्नी छेती लैनी है तुम पीक सीजन के लै रहे हो या ऑफ सीजन के लै रहे हो जब अभी दोबारा टिकटा चैक की तो 12000 तक गई हुई तो मेरे ख्याल से जो तुम लकी हो तो थोड़ा शायद 4500 तो लैके तुम ऐप ऊप से सर्च करे हो थोड़ा टाइम लाएंगे तो शायद थोड़ा 4500 तो लैके टिकट मिल जाए पर उही उसे थोड़े बहुत टैक्स ला के थोड़ी जी बढ़ा देंगे ने तो मैं रैकमेंड करूँगा इफ पॉसीबल तुम प्लेन राही ही ट्रैवल करो चाहे तुम अमृतसर एयरपोर्ट तो जा सकते हो मोहाली एयरपोर्ट तो जा सकते हो या दिल्ली एयरपोर्ट तो जा सकते हो मेरे ख्याल से तीन एयरपोर्ट तो फ्लाइट चलती है क्योंकि टाइम बहुत ज़्यादा बचत होंगी है। असी बिल्कुल ही थानू ए लगे भी असी चढ़े तो 1.5 घंटे के बच्चे उतर गए एक मेरा फ्रेंड भी सीगा पहला गया से एक दिन देख लो सवेरे गया जी मैं अज की सवेर में गया फ्लाइट के उत्थे रहा पहले दिन दर्शन किए दूजे दिन लोकल गुरुद्वारा साहब के दर्शन करके शाम को फ्लाइट के नाल वापस आ गया। सो जो थोड़े को पैसे है आमदन हैगी है तुम अफोर्ड कर सकते हो तो तुम प्लेन के ही ट्रैवल करो तो उस तो बाद एयरपोर्ट से आम तौर पर ज्यादा संगत हो गुरुद्वारा साहब वाले इनफॉर्मेशन हो भी पा रहे हैं तो आपको पिक कर आ जाते हैं बट साड़ी बार कोई सगा नहीं असं उतो टैंपू किया टैक्सी उत्तर काफ़ी कुछ होंगे बहुत हाई प्राइस दसनगे थोड़ा नहीं जी इन्ने लगन गए उन्होंने बारगेनिंग करो तो तुर के बाहर आ जाओ जो तुम टैक्सी या कुछ भी लैना थोड़ा बाहर बहुत सस्ता मिल जू एज कंपेयर टू जो अंदर होंगे एयरपोर्ट के तो मेरे ख्याल छठ पूजा करके गुरुद्वारा साहब वाले उदो आए नहीं क्योंकि फिर ट्रैफिक बहुत ज्यादा ओदे करके टैक्सियां भी नहीं चल रही सीगियां जे सानू आटो करना पिया सीगा क्योंकि टैक्सियां वाले भी मतलब कोई ध्यान नहीं दे रहे सीगे सवाल आटो वाले ने लगभग लिता सी 450 रुपया बहुत बारगेनिंग कर तो बाद एक दूजे नूं मना करदे सी भी जाना नहीं हैगा पर एक जद उहनूं दिहाड़ी नहीं पै रही सी उह चली गया साडे नाल। उस तों बाद जे आपां रूम की गल करिए जे तुसीं 4 जणिआं लई भी रूम मिल जांदा 2 जणिआं लई भी मिल जांदा 4 जणिआं दे विच 6 जणे भी रह सकदे ने मेरे ख्याल च तुसीं थोड़ा अपने आप नूं सैट करके रख सकदे हो तो उहदा एक दिन दा हैगा जी 500 रुपया सेवा ते उस तों बाद जे तुसीं लोकल गुरुद्वारा साहब देखणे ने तख्त साहब हो गया जे तुसीं बाल लीला गुरुद्वारा साहब दे विच असीं रहे सी मैं उहदा दस रहा तख्त साहब हो गया कंगन घाट हो गया ते सुनार टोली हो गया ये तुम गुरुद्वारा साहब तुर के आराम नाल देख सकते हो तो बाद जो तुम अगले दिन लोकल गुरुद्वारा साहब तीन रह गए हांडी साहब गऊघाट ते गुरका बाग तुम अगले दिन टैक्सी या आटो करके देख सकते हो जिहड़ा गऊघाट गुरुद्वारा साहब वह भी तुम तुर के देख सकते हो तुहाडे विच मतलब नौजवान हो तुम तुरन फिरन का तुहानू कोई चक्कर नहीं हैगा थोड़ा 4 किलोमीटर मेरे ख्याल से उत्थे जा सकते हो मतलब जो आप सुनार टोली साहब जाने उतो बिलकुल नजदीक है उतो 1 किलोमीटर ही रह जाता पर मम्मी होना करके सानू वापस मुड़ना पिया सी क्योंकि भलाईयां वाले मम्मी का ऑपरेशन होया सीगा ते उन्हां नूं तुर नहीं सी हुंदा ते आटो वाले फिर तुहानूं दस्सणगे नहीं जी इन्ने पैसे लैणगे बहुत दूर है ये है वो है उन्हां नूं तुसीं बारगेनिंग करनी आ आटो वाले मन्ने जांदे ने लगभग मेरे ख्याल च वो गुरुद्वारा साहब दे 3 देखणे आ 2 ही देखणे आ
ਤੁਸੀਂ ਲਾ ਲਓ ਵੀ 400 ਤੋਂ ਲੈ ਗਏ ਪਹਿਲਾਂ ਤੁਹਾਨੂੰ 1600 2000 ਆਏ ਰੇਟ ਦੱਸਣਗੇ 400-500 ਤੇ ਅੱਗੇ ਟਿਕ ਜਾਂਦੇ ਨੇ 600-700 ਤੇ ਟਿਕ ਜਾਂਦੇ ਨੇ ਟੈਕਸੀ ਦੇ ਵਿੱਚ ਵੀ ਜਾ ਸਕਦੇ ਹੋ ਉਹਦਾ ਕਿਰਾਇਆ ਤੁਹਾਨੂੰ ਮੇਰੇ ਖਿਆਲ 'ਚ ਪੈ ਜੂਗਾ 1000-1500 ਦੇ ਵਿੱਚ ਜੇ ਤੁਸੀਂ ਸੀਤਲਕੁੰਡ ਗੁਰਦੁਆਰਾ ਸਾਹਿਬ ਜਾਣਾ ਜਿਹੜਾ ਕਿ ਰਾਜਗੀਰ ਸ਼ਹਿਰ ਦੇ ਵਿੱਚ ਆ ਤਾਂ ਉਹਦਾ ਲਗਭਗ ਤੁਹਾਨੂੰ ਜੇ ਤੁਸੀਂ ਉੱਥੇ ਟੈਕਸੀ ਦੇ ਵਿੱਚ ਜਾਣਾ ਵਾ ਅਤੇ ਕਿਉਂਕਿ ਆਟੋ ਤਾਂ ਇੰਨੀ ਦੂਰ ਜਾਂਦੇ ਨੇ ਟੈਕਸੀ ਦਾ ਤੁਹਾਨੂੰ 2500 ਦਾ ਰੈਂਟ ਸ਼ੁਰੂ ਹੋ ਜੂਗਾ ਉਹ ਬਾਕੀ ਸੀਜ਼ਨ 'ਤੇ ਹੁੰਦਾ ਨਾ ਜੇ ਸੰਗਤ ਜ਼ਿਆਦਾ ਹੋਈ ਫਿਰ ਟੈਕਸੀ ਵਾਲੇ ਰੈਂਟ ਜ਼ਿਆਦਾ ਕਰ ਦਿੰਦੇ ਨੇ ਸੰਗਤ ਥੋੜ੍ਹੀ ਆ ਤਾਂ ਟੈਕਸੀ ਵਾਲਿਆਂ ਨੂੰ ਵੀ ਕੰਮ ਘੱਟ ਮਿਲਦਾ ਉਹ ਫਿਰ ਰੈਂਟ ਘਟਾ ਲੈਂਦੇ ਨੇ ਅਤੇ ਥੋੜ੍ਹੀ ਟੈਕਸੀ 'ਤੇ ਵੀ ਡਿਪੈਂਡ ਕਰਦਾ ਛੋਟੀ ਕਾਰ ਲੈ ਕੇ ਚੱਲੇ ਹੋ ਇਨੋਵਾ ਲੈ ਕੇ ਚੱਲੇ ਹੋ ਸਕਾਰਪੀਓ ਲੈ ਕੇ ਚੱਲੇ ਹੋ ਏਸੀ ਨੋਨ ਏਸੀ ਅਤੇ ਇਹਦੇ ਇਲਾਵਾ ਗੁਰਦੁਆਰਾ ਸਾਹਿਬ ਦੀਆਂ ਬੱਸਾਂ ਵੀ ਚੱਲਦੀਆਂ ਨੇ ਲੋਕਲ ਗੁਰਦੁਆਰਾ ਸਾਹਿਬ ਦੀ ਸੇਵਾ ਹੈਗੀ ਆ 100 ਰੁਪਇਆ ਅਤੇ ਏਸੀ ਵਾਲੀ ਦੇ ਵਿੱਚ ਜੇ ਤੁਸੀਂ ਜਾਣਾ ਉਹਦਾ ਹੈਗਾ 150 ਅਤੇ ਜੇ ਮੈਂ ਗਲਤ ਨਹੀਂ ਹੈਗਾ ਉਹ ਦੂਰ ਦੇ ਜਿਹੜੇ ਮੈਂ ਰਾਜਗੀਰ ਆ ਉੱਥੇ ਦੇ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾ ਦਿੰਦੇ ਨੇ ਪਰ ਉਹਦਾ ਉਹੀ ਰੈਂਟ ਵੱਧ ਜਾਂਦਾ ਵਾ ਮੇਰੇ ਖਿਆਲ 250-350 ਰੁਪਇਆ ਉਹਦਾ ਇੰਨਾ ਵਾ ਉਹ ਸਾਨੂੰ ਕਨਫਰਮ ਨਹੀਂ ਹੈਗਾ ਪ੍ਰੋਪਰ ਕਿਉਂਕਿ ਅਸੀਂ ਉਹਦੇ ਵਿੱਚ ਸਫ਼ਰ ਨਹੀਂ ਕੀਤਾ ਅਸੀਂ ਕਾਰ ਦੇ ਵਿੱਚ ਗਏ ਸੀ ਤੇ ਵਾਪਸੀ ਟਾਈਮ ਜੇ ਤੁਸੀਂ ਏਅਰਪੋਰਟ ਤੇ ਜਾਣਾ ਰੇਲਵੇ ਸਟੇਸ਼ਨ ਤੇ ਜਾਣਾ ਵਾ ਉਹਦੇ ਵਾਸਤੇ ਵੀ ਉੱਥੇ ਗੁਰਦੁਆਰਾ ਸਾਹਿਬ ਬਾਲੀਲਾ ਚੋਂ ਬੱਸ ਸਰਵਿਸ ਚੱਲਦੀ ਆ ਤੁਸੀਂ ਜਾ ਸਕਦੇ ਹੋ ਪਰ ਉਹਦੇ ਲਈ ਤੁਹਾਨੂੰ ਰਾਤ ਨੂੰ ਲਖਾਉਣਾ ਪੈਣਾ ਉੱਥੇ ਦੱਸਣਾ ਪੈਣਾ ਕਾਊਂਟਰ ਤੇ ਜਿੱਥੇ ਦਫ਼ਤਰ ਹੁੰਦਾ ਉੱਥੇ ਜਾ ਕੇ ਤੁਸੀਂ ਗੱਲਬਾਤ ਕਰ ਲਿਓ ਉਹਨਾਂ ਨੂੰ ਤੁਹਾਨੂੰ ਦੱਸ ਦਿੰਦੇ ਨੇ ਵੀ ਤੁਸੀਂ 9 ਵਜੇ ਆ ਜਾਓ ਕੱਲ੍ਹ 9 ਵਜੇ ਬੱਸ ਤੁਰਨੀ ਆ ਤੇ ਜਿਹੜੀ ਸਾਡੀ ਟਿਕਟ ਸੀਗੀ ਟ੍ਰੇਨ ਵਾਲੀ ਉਹ ਸੀਗੀ ਲਗਭਗ 1580 ਰੁਪਇਆ ਤੇ ਉਹ ਪਰ ਹੌਲੀ ਹੌਲੀ ਚੱਲ ਕੇ ਆਉਂਦੀ ਆ ਟ੍ਰੇਨ ਮੈਂ ਮੇਰਾ ਜੇ ਬੱਸ ਚੱਲਦਾ ਮੈਂ ਪਲੇਨ 'ਚ ਟਰੈਵਲ ਕਰਾਂ ਹੁਣ ਮੈਨੂੰ ਪਤਾ ਲੱਗ ਗਿਆ ਉਹ ਬਹੁਤ ਹੌਲੀ ਹੌਲੀ ਚੱਲਦੀ ਆ ਲਗਭਗ 27-28 ਘੰਟੇ ਲਾਤੇ ਉਹਨੇ ਜਦਕਿ ਸਫ਼ਰ ਇੰਨਾ ਜ਼ਿਆਦਾ ਸੀਗਾ ਨਹੀਂ ਬਹੁਤ ਠੰਮੇ ਨਾਲ ਚੱਲੀ ਆ ਇੱਕ ਤਾਂ ਉੱਥੇ ਲੇਟ ਪਹੁੰਚੇ ਉਹਦਾ ਟਾਈਮ ਪੈ ਗਈ ਬਟ ਲੁਧਿਆਣੇ ਆਉਂਦੀ ਆਉਂਦੀ ਫਿਰ ਲਗਭਗ ਘੰਟਾ ਲੇਟ ਹੋ ਗਈ ਅਤੇ ਉਦੋਂ ਅਸੀਂ ਲੁਧਿਆਣੇ ਤੋਂ ਜਦ ਪਿੰਡ ਵਾਪਸ ਆਏ ਸਾਡਾ 10,000 ਰੁਪਇਆ ਕਾਰ ਦੇ ਵਿੱਚ ਕਿਰਾਇਆ ਲੱਗਿਆ ਸੋ ਐਡਾ ਕੁ ਮੋਟਾ ਮੋਟਾ ਖਰਚਾ ਸੀਗਾ ਜੀ ਇੱਕ ਪਹਿਲਾਂ ਵੀਡੀਓ ਪਾਈ ਆ ਵੀ ਜਿਵੇਂ ਬੱਸ ਸਰਵਿਸਿਜ਼ ਵੀ ਚੱਲਦੀਆਂ ਕਿ ਬੱਸਾਂ ਲੈ ਕੇ ਜਾਂਦੇ ਨੇ ਉਹਦਾ ਵੀ ਕਹਿੰਦੇ ਲਗਭਗ 5,000 ਰੁਪਇਆ ਕਿਰਾਇਆ ਜਾਂਦਾ ਤੇ ਜੇ ਤੁਸੀਂ ਮਤਲਬ ਇੱਕ ਕਿਸੇ ਨੇ ਮੈਨੂੰ ਪੁੱਛਿਆ ਸੀਗਾ ਕਿ ਮੈਂ ਅਸੀਂ ਪਲੇਨ ਦੇ ਵਿੱਚ ਆਉਣਾ ਜਾਣਾ ਚਾਹੁੰਦੇ ਹਾਂ ਸਾਨੂੰ ਰੈਂਟ ਦੱਸਿਓ ਤੇ ਤੁਸੀਂ ਥੋੜ੍ਹੀ ਜਿਹੀ ਦੇਖ ਕੇ ਟਿਕਟਾਂ ਬੁੱਕ ਕਰੋਗੇ ਇੰਡੀਗੋ ਦੀ ਨਾ ਆਪਣੀ ਐਪ ਚੱਲਦੀ ਆ ਉਹਦੇ 'ਤੇ ਤੁਹਾਨੂੰ ਐਜ਼ ਕੰਪੇਅਰ ਟੂ ਪੇਟੀਐਮ ਥੋੜ੍ਹੀਆਂ ਟਿਕਟਾਂ ਸਸਤੀਆਂ ਮਿਲ ਜੂਗੀਆਂ ਤੇ ਤੁਸੀਂ ਦੇਖ ਕੇ ਕਰ ਸਕਦੇ ਹਾਂ ਹਾਂਜੀ ਪਰ ਅਸੀਂ ਪੇਟੀਐਮ ਤੋਂ ਕੀਤੀਆਂ ਸੀ ਸਾਨੂੰ ਥੋੜੀਆਂ ਜਿਹੀਆਂ ਮਹਿੰਗੀਆਂ ਪਈਆਂ ਮੈਂ ਬਾਅਦ ਚੋਂ ਚੈੱਕ ਕੀਤਾ ਇੰਡੀਗੋ ਤੇ ਥੋੜੀਆਂ ਸਸਤੀਆਂ ਪੈ ਰਹੀਆਂ ਸੀਗੀਆਂ ਤੇ ਬਸ ਜੀ ਇੰਨਾ ਕੁ ਮੋਟਾ ਮੋਟਾ ਖਰਚਾ ਆਉਂਦਾ ਵਾ ਜਿਹੜਾ ਆਪਣਾ ਸਫ਼ਰ ਤੇ ਆਉਂਦਾ ਵਾ ਤੇ ਹੋਪਫੁਲੀ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਗਈ ਹੋਊਗੀ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ